ਘਰ 'ਚ ਸਾਰਾ ਪਰਿਵਾਰ ਆ ਪਰ ਬਲਦੇਵ ਸਿੰਘ ਦੇ ਕੀੜੇ ਪੈ ਗਏ ਲੱਤ 'ਚ। ਸਾਂਭ ਸੰਭਾਲ ਨਹੀਂ ਹੋਈ ਜਾਂ ਗਰੀਬੀ ਸੀ ਵੀ ਲੋਕ ਮਦਦ ਕਰਨਾ ਚਾਹੁੰਦੇ ਆ ਪਰ ਬਾਪੂ ਦੀਆਂ ਨੂੰਹਾਂ ਵਾ ਜਿਹੜੀਆਂ ਉਹ ਗਾਲਾਂ ਕੱਢਦੀਆਂ। ਜਿਸ ਹਿਸਾਬ ਨਾਲ ਲੱਤ ਗਲੀ ਹੋਈ ਆ ਜੇ ਕਿਤੇ ਹੋਰ ਸਮਾਂ ਥੋੜ੍ਹਾ ਬੀਤ ਜਾਂਦਾ ਤਾਂ ਲੱਤ ਬਿਲਕੁਲ ਗਲ ਜਾਣੀ ਸੀ ਅਤੇ ਵੱਢਣੀ ਪੈਣੀ। ਟਾਈਮ ਕਿਸੇ ਟਾਈਮ ਇਹ ਗਾਲ ਹੁੰਦੀ ਸੀ ਵੀ ਤੇਰੇ ਕੀੜੇ ਪੈ ਜਾਣ, ਅੱਜ ਉਹ ਸੱਚ ਹੋ ਗਈ। ਪੈਰ ਦੇ ਹਾਲਾਤ ਵੇਖੋ, ਕੀੜੇ ਪੈ ਗਏ ਪੈਰ ਦੇ ਥਰੜੇ ਪਾਸਿਓਂ, ਕੀੜੇ ਕੱਢੇ ਅੱਜ ਬਹੁਤ ਜ਼ਿਆਦਾ। ਆਹ ਸਾਰੀ ਲੱਤ ਗਲ ਗਈ, ਪਾਟਣ 'ਤੇ ਆਈ ਪਈ ਆ ਲੱਤ ਸਾਰੀ। ਆ ਦੇਖੋ ਕੋਈ ਸਾਂਭ ਸੰਭਾਲ ਵਾਲਾ ਹੈ ਨਹੀਂ ਗਾ, ਸਾਰੀ ਲੱਤ ਦੇ ਵਿੱਚ ਰੇਸ਼ਾ ਭਰਿਆ ਹੋਇਆ। ਤਾਂ ਬਾਪੂ ਦਾ ਸਰੀਰ ਪਿੰਜਰ ਬਣਿਆ ਪਿਆ ਜੀ। ਵਾਹਿਗੁਰੂ। ਇਹ ਬਜ਼ੁਰਗ ਆ ਜੀ, ਬਾਪੂ ਆ, ਇਹ ਇਹਨਾਂ ਦਾ ਬੇਟਾ ਹੈ ਜਿਹੜਾ ਮੰਜੇ 'ਤੇ ਪਿਆ। ਇਹ ਬਾਪੂ ਹੀ ਵਿਚਾਰਾ ਇਹਨੂੰ ਚੱਕਦਾ ਥਲਦਾ, ਲੈਟਰੀਨ ਬਾਥਰੂਮ ਇਹੀ ਸਾਫ਼ ਕਰ। ਬਾਪੂ ਜੀ ਤੁਸੀਂ ਲੈਟਰੀਨ ਬਾਥਰੂਮ ਸਾਫ਼ ਕਰਦੇ ਆ, ਤੁਸੀਂ ਨਵਾ ਨੂੰ ਦਿੰਦੇ ਆ ਕਿਤੇ? ਤੇ ਬਾਪੂ ਲਾਜ ਲੂਜ ਵਾਸਤੇ ਫਿਰ ਤੁਹਾਡੇ ਕੋਲ ਹੈ ਨਹੀਂ ਕੋਈ ਪੂੰਜੀ? ਹੈ ਨਹੀਂ ਕਿਤੇ ਦਾਖਲ ਨਹੀਂ ਕਰਾਇਆ ਗਿਆ? ਹਾਂਜੀ ਰੋਟੀ ਸਿੰਘ ਵਾਲੀ ਤਾਂ। ਅੱਛਾ ਰੋਟੀ ਤੋਂ ਵੀ ਤੁਹਾਡੇ ਕੋਲ ਹੈ ਨਹੀਂ? ਹੈ ਨਾ, ਲੱਤ ਦਾ ਬਾਹਲਾ ਮੰਦਾ ਹੋਲਿਆ ਪਿਆ ਬਾਪੂ। ਉੱਥੇ ਲੈ ਕੇ ਚੱਲੇ ਆ ਤੇ ਮਾਤਾ ਨੂੰ ਵੀ ਨਾਲ ਲੈ ਕੇ ਚੱਲੇ ਆ। ਇਹਨਾਂ ਦਾ ਵੀ ਇਲਾਜ ਉੱਥੇ ਚੱਲੂਗਾ ਤੇ ਬਾਈ ਦਾ ਵੀ ਉੱਥੇ ਇਲਾਜ ਚੱਲੂਗਾ ਜੀ। ਤੇ ਬਜ਼ੁਰਗ ਆਪਣੇ ਨਾਲ ਜਾਣਗੇ। ਅਰਦਾਸ ਕਰਿਓ ਬਾਈ ਬਾਪੂ ਬਲਦੇਵ ਸਿੰਘ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੱਡੀ ਵਿੱਚ ਪਿਆ ਰਿਹਾ ਇੱਕ ਬਜ਼ੁਰਗ ਜਿਹਨੂੰ ਤੁਸੀਂ ਦੇਖ ਰਹੇ ਹੋ, ਇਹ ਵੀਰ ਦਾ, ਇਸ ਬਜ਼ੁਰਗ ਦਾ ਨਾਂ ਹੈਗਾ ਬਲਵਿੰਦਰ ਸਿੰਘ, ਬਲਦੇਵ ਸਿੰਘ ਸੋਰੀ। ਇਹ ਇਹਨਾਂ ਦੀ ਧਰਮ ਪਤਨੀ ਆ। ਮਤਲਬ ਤੁਹਾਡਾ ਕੀ ਨਾਂ? ਅਮਰਜੀਤ ਕੌਰ। ਇਹ ਵੀ ਅਪਸੈਟ ਆ ਵਿਚਾਰੀ, ਇਹਨੂੰ ਸੋਝੀ ਨਹੀਂ ਆਪਦੀ। ਅਤੇ ਇਹ ਬਾਪੂ ਬਲਦੇਵ ਸਿੰਘ ਦਾ ਬਾਪ ਆ, ਉਹਦੇ ਪਿਤਾ ਜੀ ਆ। ਤੁਹਾਡਾ ਕੀ ਨਾਂ ਜੀ? ਬਿਕਰ ਸਿੰਘ, ਪਿੰਡ ਸਾਧੂ ਵਾਲਾ। ਬਲਦੇਵ ਸਿੰਘ ਦੇ ਦੋ ਪੁੱਤ ਨੇ, ਇੱਕ ਕੰਪੈਨ 'ਤੇ ਸੀਜ਼ਨ ਲਾਉਣ ਗਿਆ ਬਾਪੂ ਦੱਸਦਾ ਦਾਦਾ, ਅਤੇ ਇੱਕ ਜੇਲ੍ਹ ਦੇ ਵਿੱਚ ਆ ਕਿਸੇ ਚੱਕਰ 'ਚ ਫਸ ਗਿਆ। ਗਾਂ ਪੋਤੇ ਵੀ ਆ, ਪੋਤੀਆਂ ਵੀ ਆ, ਘਰ 'ਚ ਸਾਰਾ ਪਰਿਵਾਰ ਆ ਪਰ ਬਲਦੇਵ ਸਿੰਘ ਦੇ ਕੀੜੇ ਪੈ ਗਏ ਲੱਤ 'ਚ। ਸਾਂਭ ਸੰਭਾਲ ਨਹੀਂ ਹੋਈ ਜਾਂ ਗਰੀਬੀ ਸੀ। ਗਰੀਬੀ ਇੱਕ ਅਲੱਗ ਆ, ਗਰੀਬੀ ਤਾਂ ਬਹੁਤ ਜ਼ਿਆਦਾ ਸੀਗੀ ਬਾਪੂ ਦੱਸਦਾ, ਪਰ ਸੰਭਾਲ ਕਰਨੀ ਅਤੇ ਗਰੀਬੀ ਹੋਣਾ ਦੋਨੋਂ ਅਲੱਗ ਅਲੱਗ ਚੀਜ਼ਾਂ। ਦੇਖੋ ਬਾਪੂ, ਕੀੜੇ ਪੈਣੇ ਨਾ ਸੰਭਾਲ ਹੋਣ ਕਰਕੇ, ਗਰੀਬੀ ਹੁਣ ਇਲਾਜ ਨਹੀਂ ਕਰਾ ਸਕੇ, ਪਰ ਉਹਦੀ ਸੰਭਾਲ ਕਰਨ ਤੋਂ ਗਰੀਬੀ ਨਹੀਂ ਰੋਕਦੀ ਆਪਾਂ ਨੂੰ। ਅੱਜ ਧੰਨਵਾਦ ਕਰਦੇ ਹਾਂ ਅਸੀਂ, ਸਾਡੇ ਟੀਮ ਦੇ ਮੈਂਬਰ ਵੀ ਨੇ ਗੁਰਧਿਆਨ ਸਿੰਘ ਰਾਣਾ ਅਤੇ ਜਸਪ੍ਰੀਤ ਹੋਣੀ, ਅਤੇ ਨਾਲ ਦੀ ਨਾਲ ਵੀਰ ਹੋਣੀ ਭਗਤ ਪੂਰਨ ਸਿੰਘ ਸੇਵਾ ਸੁਸਾਇਟੀ ਚਲਾਉਂਦੇ ਨੇ ਫਿਰੋਜ਼ਪੁਰ ਤੋਂ ਨੇ।
ਸ਼ਕੂਰ ਪਿੰਡ ਆ। ਸ਼ੁਰੂ ਤੋਂ 2016 ਤੋਂ ਸਾਡੇ ਨਾਲ ਵੀਰ ਹੁਣੀ ਜੁੜੇ ਹੋਏ ਨੇ ਗੁਰੂ ਦੀ ਕਿਰਪਾ ਦੇ ਨਾਲ। ਆਪ ਆਪਣੇ ਇਲਾਕੇ ਦੇ ਵਿੱਚ ਜਿੱਥੇ ਕੋਈ ਲੋੜਵੰਦ ਹੁੰਦਾ ਮਦਦ ਹਮੇਸ਼ਾ ਕਰਦੇ ਰਹਿੰਦੇ ਆ। ਅੱਜ ਭਗਤ ਪੂਰਨ ਸਿੰਘ ਸੇਵਾ ਸੋਸਾਇਟੀ ਦੇ ਪੇਜ ਤੋਂ ਵੀ ਲਾਈਵ ਹੋਏ ਹੋਏ ਨਾਲ। ਇਹ ਵੀਰ ਆਪਾਂ ਨੂੰ ਦੱਸਣਗੇ ਕਿੱਦਾਂ ਮਿਲਿਆ ਪਰਿਵਾਰ, ਇਹ ਕਿੱਦਾਂ ਗੁਰਧਿਆਨ ਕੀ ਗੱਲ ਸੀ ਬਾਈ ਜੀ? ਸਾਧੂ ਵਾਲਾ ਦਾ ਵੀਰ ਆ, ਆਪਣੇ ਵੀਡੀਓ ਦੇਖਦੇ, ਉਹਨਾਂ ਨੇ ਵੀਡੀਓ ਭੇਜੀ ਆਪਾਂ ਨੂੰ। ਸਾਧੂ ਵਾਲਾ ਪਿੰਡ ਕਿੱਥੇ ਪੈਂਦਾ? ਤਲਵੰਡੀ ਭਾਈ ਤੋਂ 2 ਕਿਲੋਮੀਟਰ ਹੀ ਹੈ ਜੀ, ਬਿਲਕੁਲ ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪੁਰ। ਜ਼ਿਲ੍ਹਾ ਫਿਰੋਜ਼ਪੁਰ ਜੀ, ਜਿੱਥੋਂ ਆਪਾਂ ਬਾਪੂ ਨੂੰ ਧੰਨਾ ਸ਼ੀਤਲ ਬਾਪੂ ਹੈ ਜੀ, ਦੇ ਮੁੱਛ ਕੀੜੇ ਪਿੰਡ, ਉਹਨਾਂ ਦੇ ਬਿਲਕੁਲ ਨਾਲ ਆ ਪਿੰਡ ਜੀ। ਅੱਛਾ ਅੱਛਾ ਅੱਛਾ। ਅਤੇ ਬਜ਼ੁਰਗ ਦੇ ਥੱਲੇ ਪਾਸੇ ਦੀ ਹੋਲ ਕਰਕੇ ਕੀੜੇ ਥੱਲੋਂ ਹੀ ਨਿਕਲਦੇ ਆ ਸਾਰੀ ਲੱਤ ਦੇ ਵਿੱਚੋਂ ਜੀ। ਜਦੋਂ ਆਪਾਂ ਜਾ ਕੇ ਦੇਖਿਆ, ਤੁਹਾਨੂੰ ਵੀਡੀਓ ਭੇਜੀ ਸੀ ਜੀ, ਅਤੇ ਕੋਲ ਨਹੀਂ ਖੜਾ ਹੁੰਦਾ ਸੀ, ਬਾਪੂ ਆਪ ਹੀ ਵਿਚਾਰਾ ਲੈਟਰੀਨ ਬਾਥਰੂਮ ਸਾਫ ਕਰਦਾ ਸੀ। ਇਹਦੇ ਜਿਹੜੇ ਪੁੱਤ ਬਾਪੂ ਦੇ, ਇਹਦੇ ਬਲਵਿੰਦਰ ਬਾਪੂ ਦੇ ਪੋਤਾ ਕੋਈ ਨਹੀਂ ਸਾਂਭਦਾ ਜੀ? ਬਾਪੂ ਦਾ ਪੋਤਾ ਇੱਕ ਤਾਂ ਜੇਲ੍ਹ 'ਚ ਅਤੇ ਇੱਕ ਮਸ਼ੀਨ ਮਸ਼ੂਨ 'ਤੇ ਗਿਆ ਜੀ। ਬਾਪੂ ਤਾਂ ਕਹਿੰਦਾ ਮੇਰੀਆਂ ਨੂੰਹਾਂ ਸਾਂਭਦੀਆਂ, ਪਰ ਜਿਹੜੇ ਹਿਸਾਬ ਦੇ ਹਾਲਾਤ ਸਾਨੂੰ ਲੱਗਦਾ ਨਹੀਂ ਸੀ ਕੋਈ ਸਾਂਭਦਾ। ਬਾਪੂ ਆਪ ਵਿਚਾਰਾ ਹੱਥ ਪਾ ਲਾ, ਤੁਹਾਨੂੰ ਜਦੋਂ ਪਤਾ ਲੱਗਿਆ ਫਿਰ ਤੁਸੀਂ ਉੱਥੇ ਘਰੇ ਗਏ? ਅਸੀਂ ਗਏ ਸੀ ਜੀ ਘਰੇ, ਤੁਹਾਨੂੰ ਵੀਡੀਓ ਭੇਜੀ, ਬਹੁਤ ਮਾੜੇ ਹਾਲਾਤ ਸੀ ਉੱਥੇ, ਕੀੜੇ ਕੂੜੇ ਕੱਢ ਕੇ ਸਾਫ਼ ਕੀਤਾ। ਹਾਂਜੀ, ਕੀੜੇ ਕੁਛ ਕੱਢੇ, ਉਹ ਹੈਗੇ ਵੀ ਬਹੁਤ ਜ਼ਿਆਦਾ, ਸਮੈਲ ਬਹੁਤ ਆਉਂਦੀ ਅਸੀਂ ਤਾਂ ਗੱਡੀ 'ਚ ਮਸਾਂ ਬੈਠ ਕੇ, ਇੰਨੀ ਜ਼ਿਆਦਾ ਬੈਡ ਸਮੈਲ ਆਈ। ਹੁਣ ਤੁਸੀਂ ਉੱਥੋਂ ਲੈ ਕੇ ਆਏ ਇਹਨਾਂ ਨੂੰ? ਪਿੰਡ ਹੈਗਾ 2 ਸਾਲ ਤੋਂ ਮਿਲਟਰੀ, ਜਦੋਂ ਦਾ ਮੁੰਡਾ ਇਹਦਾ ਜੇਲ੍ਹ 'ਚ ਗਿਆ, ਉਦੋਂ ਬਾਅਦ ਇਹ ਵੀ ਵਿਚਾਰੀ ਦਿਮਾਗੀ ਅਪਸੈਟ ਹੋ ਗਈ। ਮਾਤਾ ਕੀ ਹੋ ਗਿਆ ਤੇਰੇ ਘਰ ਵਾਲੇ ਨੂੰ? ਸੱਟ ਲੱਗੀ ਸੀ ਇਹਦੇ, ਇਹਦੇ ਸੱਟ ਲੱਗੀ ਕਿੱਥੇ? ਕਿੱਥੇ ਲੱਗੀ ਸੱਟ? ਕਿਵੇਂ ਕਿਵੇਂ ਲੱਗੀ? ਕਿਵੇਂ ਲੱਗੀ ਮਾਂ, ਕਿਵੇਂ ਲੱਗੀ ਸੱਟ? ਕੀ ਹੋ ਗਿਆ ਸੀ, ਹੋਇਆ ਕੀ ਸੀ ਬਾਪੂ? ਇਹਦੇ ਸੱਟ ਕਿਵੇਂ ਲੱਗੀ ਸੀ ਲੱਤ ਤੇ, ਕੀ ਹੋਇਆ ਸੀ? ਨਸ਼ਾ ਕੀ ਕਰਦਾ ਸੀ ਇਹ? ਨਸ਼ਾ ਬੀੜੀਆਂ ਪੀਂਦਾ ਤੇ ਸ਼ਰਾਬ ਪੀਂਦਾ। ਸ਼ਰਾਬ ਪੀ ਕੇ ਡਿੱਗਿਆ ਸੀ? ਨਹੀਂ ਡਿੱਗਿਆ, ਡੁੱਗਿਆ ਤਾਂ ਨਹੀਂ, ਮੇਰਾ ਚੱਕ ਮਾਰ ਕੇ ਪੈਰ ਤੇ ਵੱਜੀ ਹੈ, ਪੈਰ ਤੇ ਵੱਜੀ। ਸ਼ੂਗਰ ਵੀ ਇਹਨੂੰ? ਸ਼ੂਗਰ ਵੀ ਹੈ ਜੀ, ਉਹਦੇ ਕਰਕੇ ਜ਼ਖਮ ਵੱਧ ਗਿਆ ਹਨਾ। ਤੇ ਹੁਣ ਇਸ ਟਾਈਮ ਇੱਥੇ ਖੜਿਆਂ ਤੋਂ ਵੀ ਬਹੁਤ ਜ਼ਿਆਦਾ ਸਮੈਲ ਆ ਰਹੀ ਆ, ਅਤੇ ਗੁਰਧਿਆਨ ਹੁਣੀ ਲੈ ਕੇ ਆਏ ਨੇ ਸਾਧੂ ਵਾਲਾ ਪਿੰਡ ਤੋਂ ਤਲਵੰਡੀ ਭਾਈ ਦੇ ਕੋਲੋਂ। ਅਤੇ ਵਾਹਿਗੁਰੂ ਕਿਰਪਾ ਕਰਨ, ਅਰਦਾਸ ਕਰਿਓ ਬਲਦੇਵ ਸਿੰਘ ਠੀਕ ਹੋ ਕੇ ਆਪਣੇ ਪੈਰਾਂ ਸਿਰ ਹੋ ਕੇ ਇੱਥੋਂ ਜਾਵੇ, ਅਗਲਾ ਜੀਵਨ ਆਪਦੇ ਪੈਰਾਂ ਸਿਰ ਹੋ ਕੇ ਬਤੀਤ ਕਰੇ। ਨਹੀਂ ਤਾਂ ਜਿਸ ਹਿਸਾਬ ਨਾਲ ਲੱਤ ਗਲੀ ਹੋਈ ਆ, ਜੇ ਕਿਤੇ ਹੋਰ ਸਮਾਂ ਥੋੜ੍ਹਾ ਬੀਤ ਜਾਂਦਾ ਤਾਂ ਲੱਤ ਬਿਲਕੁਲ ਗਲ ਜਾਣੀ ਸੀ ਅਤੇ ਵੱਢਣੀ ਪੈਣੀ ਸੀ। ਅੱਛਾ, ਕਿਉਂਕਿ ਗੈਂਗਰਿੰਗ ਹੋ ਗਈ ਨਾ, ਗਲ ਗਿਆ। ਇਹ ਜਿਹੜੇ ਕੀੜੇ ਆਦਮਖੋਰ ਹੱਡੀਆਂ ਤੱਕ ਚੱਬ ਜਾਂਦੇ ਆ ਜੀ, ਇਹ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਆ ਹੁਣ ਤੱਕਰ ਆਏ, ਜਿਨ੍ਹਾਂ ਦੇ ਕੀੜੇ ਪਏ ਕਿਸੇ ਦੇ ਸਿਰ 'ਚ, ਕਿਸੇ ਦੇ ਲੱਤ 'ਚ, ਕਿਸੇ ਦੇ ਮੂੰਹ 'ਚ, ਕਿਸੇ ਦੇ ਅੱਖ 'ਚ, ਕਿਸੇ ਦੇ ਹੱਥ 'ਚ, ਕਿਸੇ ਦੀ ਟੋਇਲਟ ਵਾਲੀ ਜਗ੍ਹਾ 'ਚ, ਕਿਸੇ ਦੇ ਵਾਸ਼ਰੂਮ ਵਾਲੀ ਜਗ੍ਹਾ 'ਤੇ। ਮਤਲਬ ਇਨਸਾਨ ਦੀ ਕੋਈ ਐਸੇ ਸਰੀਰ ਦੀ ਜਗ੍ਹਾ ਬਚੀ ਨਹੀਂ ਜਿੱਥੇ ਕੀੜੇ ਨਾ ਪਏ ਹੋਣ। ਪਰ ਅੱਜ ਦਾ ਇਨਸਾਨ ਫਿਰ ਵੀ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਵੀ ਇਹ ਕਿਹੜਾ ਮੇਰੇ ਪਏ ਤਾਂ ਉਹਦੇ ਪਏ ਆ, ਮੇਰੇ ਥੋੜ੍ਹੀ ਆ। ਭਰਾਵੋ, ਇੱਕ ਟਾਈਮ ਕਿਸੇ ਟਾਈਮ ਇਹ ਗਾਲ ਹੁੰਦੀ ਸੀ ਵੀ ਤੇਰੇ ਕੀੜੇ ਪੈ ਜਾਣ, ਅੱਜ ਉਹ ਸੱਚ ਹੋ ਗਈ। ਸਾਡੇ ਕੋਲ ਸੈਂਕੜੇ ਉਦਾਹਰਨਾਂ
ਦੇਖ ਦੇਖ ਕੇ ਦੁੱਖ ਵੀ ਲੱਗਦਾ, ਡਰ ਵੀ ਲੱਗਦਾ ਵੀ ਅੱਜ ਘੱਟੋ ਘੱਟ ਕਿਸ ਉੱਠ ਖੜੇ, ਮਾਤਾ ਜੀ ਉੱਠ ਖੜੇ ਇੱਥੋਂ ਕਿਸ ਪੱਧਰ 'ਤੇ। ਮਾਤਾ ਇੱਧਰ ਆ ਜਾਓ, ਇੱਧਰਲੇ ਪਾਸੇ ਆ ਜਾਓ, ਇੱਧਰਲੇ ਪਾਸੇ ਆ ਜਾਓ। ਬਲਦੇਵ ਸਿੰਘ ਲੱਤ ਖੋਲ, ਸਿੱਧੀ ਕਰ ਲੱਤ, ਸਿੱਧੀ ਕਰ ਲੱਤ ਵੀਰੇ। ਬਾਪੂ ਪੈਰ ਚੱਕੀ ਤਾਂ ਮੋਟਰਾਂ ਹੀ ਚੱਲਦੀਆਂ ਵੀਰੇ, ਮੋਟਰਾਂ ਹੀ ਪੱਸਦੀਆਂ। ਜੇ ਤੁਸੀਂ ਸਫਾਈ ਕਰਦੇ, ਇਹਨੂੰ ਮਾੜਾ ਮੋਟਾ ਸਾਂਭਦੇ ਯਾਰ, ਆਹ ਥੋੜੀ ਹਾਲ ਹੋਣਾ ਸੀ ਇਹਦਾ। ਬਿੱਲੇ ਇਹਦੇ ਵੀ ਸਕ੍ਰੱਬ ਕਰਕੇ ਦੇਖ, ਬੇਬੇ ਦੇ ਸਿਰ 'ਚ ਪੱਸ ਪਈ ਆ, ਵਿੱਚ ਕੁਛ ਮੜਮੜਾ ਐਂ ਜਿਹਾ ਕਰਦਾ, ਕੁਛ ਅੰਦਰ ਕੁਛ ਲੱਗਦਾ ਤੈਨੂੰ ਤੁਰਿਆ ਫਿਰਦਾ ਵਿੱਚ ਕੀੜੇ ਐਂ ਤੁਰਿਆ ਫਿਰਦਾ ਹੋਵੇ ਵਿੱਚ ਟਸ ਟਸ ਕਰਦਾ ਹੋਵੇ। ਦੇਖੋ ਜੀ ਇਹਦੇ ਵਿਚਾਰੀ ਦੇ ਮਾਤਾ ਦੇ ਵੀ ਸਿਰ ਦੇ ਵਿੱਚ ਪੱਸ ਪਈ ਪਈ ਆ, ਸਾਰਾ ਪੀਕ ਪਈ ਪਈ। ਇੱਥੇ ਕੀ ਵੱਜਿਆ ਇਹਦੇ ਡਿੱਗ ਡੁੱਗ ਪਈ, ਅਜੇ ਖੁਰ ਖੁਰ ਕੇ ਜੂਆਂ ਸੀਗੀਆਂ, ਇਹਨਾਂ ਨੇ ਵਾਲ ਕੱਟਤੇ ਬਾਈ, ਕਹਿੰਦਾ ਜੂਆਂ ਵਾਲੀਆਂ ਸੀਗੀਆਂ, ਉਹ ਖੁਰ ਖੁਰ ਕੇ ਜ਼ਖਮ ਹੋ ਗਿਆ ਅਤੇ ਜ਼ਖਮ ਹੋਣੇ ਵਿੱਚ ਪਾਕ ਪਈ ਪਈ ਆ, ਪੱਸ ਪਈ ਪਈ ਆ। ਦੇਖੋ ਦੋਨਾਂ ਦੇ ਹੈ ਨਾ ਵਿਚਾਰਿਆਂ ਦੇ, ਬਲਦੇਵ ਸਿੰਘ ਦੇ ਵੀ, ਅਮਰਜੀਤ ਕੌਰ ਦਾ, ਦੋਨਾਂ ਦਾ ਹੀ ਦੇਖੋ ਕੀ ਹਾਲ ਆ। ਉਹਦੇ ਸਿਰ ਦੇ ਵਿੱਚ ਐਡਾ ਵੱਡਾ ਜ਼ਖਮ ਆ, ਜੂਆਂ ਪਈਆਂ ਕਰਕੇ ਖਾਜ ਕਰ ਕਰਕੇ ਉਹਨੇ ਜ਼ਖਮ ਬਣਾ ਲਿਆ, ਅਤੇ ਇਹਦੇ ਲੱਤ 'ਤੇ ਹੁਣ ਤੁਸੀਂ ਦੇਖਿਆ ਪੱਟੀ ਕੀਤੀ ਆ, ਇੰਨੀ ਜ਼ਿਆਦਾ ਪੱਸ ਨਿਕਲੀ ਆ, ਕਾਲਾ ਕਾਲਾ ਮਾਸ ਸਾਰਾ ਕੱਟਣਾ ਪਿਆ ਲੱਤ। ਜੇ ਇਹੀ ਹੋਸਪਿਟਲ ਚਲੇ ਜਾਂਦੇ ਲੈ ਕੇ, ਇਹਦੀ ਲੱਤ ਡਾਕਟਰਾਂ ਨੇ ਕੱਟਣ ਲਈ ਰਿਕਮੈਂਡ ਕਰਨੀ ਸੀ, ਪਰ ਮਹਾਰਾਜ ਕਿਰਪਾ ਕਰਨ ਇਹਦੀ ਲੱਤ ਬਚ ਜਾਵੇ ਵਿਚਾਰੇ ਦੀ, ਕਿਉਂਕਿ ਗਰੀਬ ਦੇ ਤਾਂ ਹੱਥ ਪੈਰ ਹੀ ਆ ਜਿਹੜੇ ਉਹਦੀਆਂ ਫੈਕਟਰੀਆਂ ਵਾਂ, ਜਿਹੜੇ ਉਹਦੇ ਕਾਰੋਬਾਰ ਨੇ, ਅਤੇ ਗਰੀਬ ਦੇ ਜੇ ਹੱਥ ਪੈਰ ਹੀ ਚਲੇ ਗਏ ਤਾਂ ਉਹ ਭਿਖਾਰੀ ਬਣ ਕੇ ਰਹਿ ਜਾਂਦਾ। ਦੇਖੋ ਜੇ ਤੁਸੀਂ ਆਪਣੇ ਨਗਰ ਨੂੰ ਹੀ ਸਾਂਭ ਲਵੋ, ਆਪਣੇ ਨਗਰ ਦੇ ਲੋਕਾਂ ਦੀ ਵੀ ਮਦਦ ਕਰ ਦੇਵੋ, ਤਾਂ ਆਹ ਘੱਟੋ ਘੱਟ ਹਾਲਾਤ ਨਾ ਬਣਨ, ਕੀੜੇ ਨਾ ਪੈਣ। ਬਾਪੂ ਜੀ ਤੁਹਾਡੇ ਪਿੰਡ ਦਿਆਂ ਨੇ ਨਹੀਂ ਕੋਈ ਮਦਦ ਕੀਤੀ? ਕਿਉਂ, ਪਿੰਡ ਦੇ ਸਰਪੰਚ ਕੋਲ ਗਿਆ ਸੀ ਤੂੰ? ਨਹੀਂ, ਤੁਸੀਂ ਪਿੰਡ ਦੇ ਸਰਪੰਚ ਨੂੰ ਜਾਣਦੇ ਹੋ? ਉਹਨੇ ਇਲਾਜ ਨਹੀਂ ਕਰਾਇਆ, ਪੱਟੀਆਂ ਨਹੀਂ ਕਰਾਈਆਂ, ਦਾਖਲ ਕਰਾਇਆ ਇਹਨੂੰ ਕਿਤੇ? ਇਹ ਕਿਸੇ ਪਿੰਡ ਦੇ ਬੰਦੇ ਨੇ ਆ ਕੇ ਮਦਦ ਕੀਤੀ ਹੋਰ? ਤੇ ਸਰਪੰਚ ਨੇ ਰੋਟੀ ਪਾਣੀ ਦਿੱਤਾ ਤੈਨੂੰ? ਚਲੋ ਧੰਨਵਾਦ ਆ ਸਰਪੰਚ ਦਾ, ਬਾਈ ਦਾ। ਦੇਖੋ ਵੀਰੇ ਗੱਲ ਪਤਾ ਕੀ ਆ, ਹੁਣ ਦੇਖੋ ਇੱਕ ਬੰਦੇ ਦੇ ਕੀੜੇ ਪੈ ਗਏ, ਉਹ ਫਿਰ ਵੀ ਤੁਹਾਨੂੰ ਗਾਲਾਂ ਕੱਢ ਰਿਹਾ, ਮਤਲਬ ਉਹ ਮੈਂਟਲੀ ਅਪਸੈਟ ਆ, ਉਹ ਵੀ ਤੁਹਾਨੂੰ ਦਿਖੀ ਜਾਂਦੀ ਅਪਸੈਟ ਆ, ਹੈ ਨਾ? ਅੱਛਾ, ਇਹਦੀਆਂ ਨੂੰਹਾਂ ਕੱਢਦੀਆਂ, ਉਹ ਕਾਹਤੋਂ? ਐਤਵਾਰ ਕੀੜੇ ਕੱਢੇ ਸੀ,
ਉਹ ਕਹਿੰਦੀ ਬਾਹਰ ਕੱਢ, ਬਾਹਰ ਕੱਢ ਦੇਣਾ ਜੇ ਸਾਡੇ ਘਰੇ ਆ ਗਿਆ, ਵੀ ਤੈਨੂੰ ਤੁਹਾਨੂੰ ਕੱਢ ਦੇਣਾ ਜਾਂ ਇਹਨੂੰ ਕੱਢ ਦੇਣਾ ਸਾਨੂੰ ਜੀ। ਅੱਛਾ, ਸਾਡੇ ਕੋਲ ਮਾਰਨ ਖੱਪਣ ਵੀ ਕੀੜੇ ਪੈ ਜਾਣ ਵੀ ਸਾਡੇ ਘਰੇ ਨਾ ਆਵੇ, ਵੀ ਤੁਸੀਂ ਮਦਦ ਨਹੀਂ ਕਰਨੀ। ਇਹ ਗੱਲ ਆ ਵੀ ਲੋਕਾਂ ਨੂੰ ਮਦਦ ਕਰਨੀ ਚਾਹੀਦੀ ਹੈ, ਪਰ ਕਈ ਵਾਰੀ ਅਸੀਂ ਵੀ ਇਸ ਗੱਲੋਂ ਇੱਕ ਪੱਖ ਦੇਖ ਲੈਂਦੇ, ਜਿਵੇਂ ਹੁਣ ਵੀਰੇ ਨੇ ਦੱਸਿਆ ਵੀ ਲੋਕ ਮਦਦ ਕਰਨਾ ਚਾਹੁੰਦੇ ਆ, ਪਰ ਬਾਪੂ ਦੀਆਂ ਨੂੰਹਾਂ ਵਾ ਜਿਹੜੀਆਂ ਉਹ ਗਾਲਾਂ ਕੱਢਦੀਆਂ, ਉਹ ਲੋਕ ਜੇ ਕੋਈ ਮਦਦ ਕਰਨ ਵੀ ਆਉਂਦਾ ਤਾਂ ਉਹ ਤੋਂ ਮਦਦ ਨਹੀਂ ਕਰ ਲੈਂਦੇ। ਬਾਈ ਗੁਰਧਿਆਨ ਸਿੰਘ ਦੱਸਦਾ ਵੀ ਜਿਦਣ ਇਹ ਘਰੇ ਗਏ ਸੀ ਇਹਨਾਂ ਦੇ ਮਦਦ ਕਰਨ, ਉਦੋਂ ਦੂਏ ਦਿਨ ਉਸੇ ਦਿਨ ਵੀ ਇਹ ਲੜ ਪਏ ਬਾਅਦ 'ਚ ਆਪਸ ਵਿੱਚ। ਕਾਰਨ ਕੀ ਸੀ ਵੀ ਤੁਸੀਂ ਕਿਉਂ ਸੱਦਿਆ ਇਹਨਾਂ ਨੂੰ, ਕਿਉਂ ਟ੍ਰੀਟਮੈਂਟ ਕਰਾ ਰਹੇ ਹੋ ਜਾਂ ਕੀ ਗੱਲ ਆ? ਥਾਣੇ ਤੱਕ ਗੱਲਾਂ ਪਹੁੰਚ ਜਾਂਦੀਆਂ। ਗੱਲ ਇਹ ਆ ਵੀ ਇੱਕ ਪੱਖ ਇਹ ਵੀ ਹੈਗਾ, ਦੇਖੋ ਅਸੀਂ ਕਈ ਵਾਰੀ ਪਿੰਡਾਂ 'ਚ ਕਹਿ ਦਿੰਦੇ ਹਾਂ ਇੱਥੇ ਬੈਠੇ ਵੀਡੀਓ 'ਚ ਵੀ ਲੋਕ ਮਦਦ ਨਹੀਂ ਕਰਦੇ, ਕਈ ਥਾਵਾਂ 'ਤੇ ਇਹ ਵੀ ਪੱਖ ਹੁੰਦਾ ਵਾ, ਲੋਕ ਮਦਦ ਕਰਨਾ ਚਾਹੁੰਦੇ, ਸਾਹਮਣੇ ਵਾਲਾ ਮਦਦ ਨਹੀਂ ਲੈ ਪਾਉਂਦਾ ਜਾਂ ਉਹਦੇ ਨਾਲ ਦੇ ਨਹੀਂ ਕਰਨ ਦਿੰਦੇ। ਪਰ ਸਾਡੀ ਫਿਰ ਵੀ ਬੇਨਤੀ ਆ, ਦੇਖੋ ਹੁਣ ਸਾਨੂੰ ਵੀ ਅਸੀਂ ਗੁਰਧਿਆਨ ਹੁਣੀ ਲੈ ਕੇ ਆਏ ਨੇ ਉੱਥੋਂ, ਹੁਣ ਇਹਨਾਂ ਨੂੰ ਵੀ ਤਾਂ ਜੇ ਕੋਈ ਕਹਿੰਦੇ ਵੀ ਨਹੀਂ ਲੈ ਕੇ ਜਾਣ ਦਿੰਦੇ, ਅਸੀਂ ਬਹੁਤ ਥਾਵਾਂ 'ਤੇ ਜਾਂਦੇ, ਅਸੀਂ ਲੈ ਕੇ ਆਉਂਦੇ ਹਾਂ, ਸਾਡੇ ਨਾਲ ਵੀ ਲੜਦੇ ਆ, ਪਰ ਜੇ ਅਸੀਂ ਵੀ ਇਹ ਗੱਲ ਤੋਂ ਪਾਸਾ ਵੱਟ ਜਾਈਏ ਵੀ ਇਹ ਤਾਂ ਗਾਲਾਂ ਕੱਢਦੇ ਆ, ਤਾਂ ਫਿਰ ਤਾਂ ਇਹਦੇ ਕੀੜੇ ਹੋਰ ਪੈ ਕੇ ਇਹਨੇ ਮਰਨਾ ਹੀ ਸੀ ਫਿਰ ਤਾਂ ਬੰਦੇ। ਸਾਨੂੰ ਜਿੱਥੇ ਜਦੋਂ ਚੰਗਾ ਕੁਛ ਕਰਨ ਲੱਗਦੇ ਆ ਨਾ, ਤਾਂ ਠੋਕਰਾ ਮਾਰਨ ਵਾਲੇ ਮੂਹਰਿਓਂ ਮਾੜਾ ਕਹਿਣ ਵਾਲੇ ਤਾਂ ਮਿਲਦੇ ਹੀ ਮਿਲਦੇ ਆ ਭਰਾਵੋ, ਪਰ ਫਿਰ ਵੀ ਆਪਾਂ ਆਪਣਾ ਫਰਜ਼ ਪਛਾਣੀਏ, ਆਪਾਂ ਇੱਦਾਂ ਦੇ ਲੋਕਾਂ ਦੀ ਮਦਦ ਕਰੀਏ। ਹਾਲਾਂਕਿ ਇਹਦੀਆਂ ਕਮੀਆਂ, ਹਾਲਾਂਕਿ ਬਲਦੇਵ ਸਿੰਘ ਨੇ ਸ਼ਰਾਬ ਪੀ ਕੇ ਬੀੜੀਆਂ ਪੀ ਕੇ ਇਹ ਆਪਦਾ ਜ਼ਖਮ ਖਰਾਬ ਕੀਤਾ, ਇਹਨੇ ਆਪਦੀ ਕੇਅਰ ਨਹੀਂ ਕੀਤੀ, ਪਰ ਇਹ ਤਾਂ ਹੁਣ ਅਪਸੈਟ ਆ, ਇਹ ਤਾਂ ਹੁਣ ਜਿਹੜੇ ਮਾੜੇ ਕੰਮ ਕਰਨੇ ਸੀ ਕਰ ਲਏ, ਪਰ ਆਪਣਾ ਤਾਂ ਫਰਜ਼ ਬਣਦਾ ਵੀ ਆਪਾਂ ਆਪਦਾ ਫਰਜ਼ ਨਿਭਾਈਏ। ਹੁਣ ਇਹਦੀ ਧਰਮ ਪਤਨੀ ਹੈ ਵਿਚਾਰੀ ਅਮਰਜੀਤ ਕੌਰ, ਹੈ ਨਾ, ਉਹਦਾ ਦੇਖੋ ਕੀ ਹਾਲ ਆ, ਉਹਦੇ ਸਿਰ ਦੇ ਵਿੱਚ ਕਿੱਡਾ ਵੱਡਾ ਜ਼ਖਮ ਬਣਿਆ ਪਿਆ, ਜੂਆਂ ਪੈ ਗਈਆਂ ਅਤੇ ਵਾਲ ਕੱਟਤੇ, ਹੁਣ ਜ਼ਖਮ ਬਣ ਗਿਆ ਸਿਰ ਦੇ, ਉਹ ਵੀ ਠੀਕ ਨਹੀਂ, ਅਪਸੈਟ ਆ ਵਿਚਾਰੀ। ਇਸ ਕਰਕੇ ਸਾਡਾ ਫਰਜ਼ ਆ, ਅਸੀਂ ਇਨਸਾਨ ਹੋਣ ਦੇ ਨਾਤੇ ਇਨਸਾਨੀਅਤ ਦਾ ਫਰਜ਼ ਨਿਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗੁਰਧਿਆਨ ਸਿੰਘ ਜੀ, ਤੁਹਾਡਾ ਜੱਸੀ, ਧੰਨਵਾਦ। ਵਾਹਿਗੁਰੂ ਜੀ।